ਪੰਜਾਬ ਦਸਤਾਵੇਜ ਦੇ ਦਰਸ਼ਕਾਂ ਲਈ ਮੈਂ ਰਜਿੰਦਰ ਸਿੰਘ ਤੱਗੜ ਲੈ ਕੇ ਹਾਜ਼ਰ ਹਾਂ ਏਜੰਡਾ। ਅੱਜ ਦੇ ਇਸ ਐਪੀਸੋਡ ਦੇ ਵਿੱਚ ਗੱਲ ਕਰਾਂਗੇ PSIEC ਦੇ ਫਲਿਪਸ ਗੁਲਮੋਹਰ ਪਲਾਟ ਘੁਟਾਲੇ ਦੀ। 700 ਕਰੋੜ ਰੁਪਏ ਦਾ ਪਲਾਟ ਘੁਟਾਲਾ, ਅੱਜ ਅਦਾਲਤ ਵੱਲੋਂ 3 ਆਰੋਪੀ ਜਿਹੜੇ ਕਿ ਫਰਾਰ ਨੇ, ਭਗੌੜੇ ਨੇ, ਉਹਨਾਂ ਦੀਆਂ ਜ਼ਮਾਨਤ ਦੀਆਂ ਅਰਜ਼ੀਆਂ ਐਂਟੀਸਪੇਟਰੀ ਬੇਲ ਐਪਲੀਕੇਸ਼ਨਸ ਰੱਦ ਕਰ ਦਿੱਤੀਆਂ ਗਈਆਂ ਨੇ ਅਤੇ ਹੋਰ ਵੀ ਅਦਾਲਤ ਨੇ ਬੜੀਆਂ ਸਖਤ ਟਿੱਪਣੀਆਂ ਕੀਤੀਆਂ ਨੇ। ਅਦਾਲਤ ਨੇ ਵਿਜੀਲੈਂਸ ਬਿਊਰੋ ਦੀ ਵੀ ਖਿਚਾਈ ਕੀਤੀ ਹੈ, ਉਹਦੇ ਬਾਰੇ ਵੀ ਦੱਸਾਂਗੇ। ਆਓ ਸ਼ੁਰੂ ਕਰਦੇ ਹਾਂ ਏਜੰਡਾ। ਸਭ ਨੂੰ ਸਤਿ ਸ਼੍ਰੀ ਅਕਾਲ, ਨਮਸਕਾਰ। ਮੋਹਾਲੀ ਦੀ ਸਪੈਸ਼ਲ ਕੋਰਟ ਦੇ ਜੱਜ ਪਰਮਿੰਦਰ ਸਿੰਘ ਗਰੇਵਾਲ ਨੇ ਅੱਜ ਗੁਲਮੋਹਰ ਕੰਪਨੀ ਦੇ 3 ਡਾਇਰੈਕਟਰ ਜਗਦੀਪ ਸਿੰਘ, ਗੁਰਪ੍ਰੀਤ ਸਿੰਘ ਅਤੇ ਰਕੇਸ਼ ਕੁਮਾਰ ਦੀਆਂ ਅਗਾਊਂ ਜ਼ਮਾਨਤਾਂ ਦੀਆਂ ਅਰਜ਼ੀਆਂ ਜਿਹੜੀਆਂ ਸੀਗੀਆਂ ਉਹ ਰੱਦ ਕਰ ਦਿੱਤੀਆਂ, ਯਾਨੀ ਕਿ ਐਂਟੀਸਪੇਟਰੀ ਬੇਲ ਐਪਲੀਕੇਸ਼ਨ ਰੱਦ ਕਰ ਦਿੱਤੀਆਂ ਗਈਆਂ ਨੇ। ਡਿਸਮਿਸਡ ਐਜ਼ ਵਿਦਡਰੋਨ, ਡਿਸਮਿਸ ਇਸ ਕਰਕੇ ਕੀਤੀਆਂ ਗਈਆਂ ਕਿਉਂਕਿ ਉਹਨਾਂ ਨੇ ਖੁਦ ਹੀ ਕਿਹਾ, ਜਨਾਬ ਅਸੀਂ ਇਹ ਦਰਖਾਸਤਾਂ ਵਾਪਸ ਲੈਣਾ ਚਾਹੁੰਦੇ ਹਾਂ। ਇਹ 3 ਦੋਸ਼ੀ ਆਰੋਪੀ ਫਰਾਰ ਨੇ, ਜਦੋਂ ਤੋਂ ਪਰਚਾ ਦਰਜ ਹੋਇਆ ਜਨਵਰੀ 5 ਤੋਂ, ਉਦੋਂ ਬਾਅਦ ਇਹ ਵਿਜੀਲੈਂਸ ਬਿਊਰੋ ਦੇ ਹੱਥ ਨਹੀਂ ਲੱਗੇ। ਇਹਨਾਂ ਦੇ ਨਾਲ ਕੁਛ ਲੋਕ ਹੋਰ ਜਿਹੜੇ ਹੈਗੇ ਆ ਉਹ ਵੀ ਫਰਾਰ ਨੇ, ਉਹਨਾਂ ਬਾਰੇ ਵੀ ਦੱਸਾਂਗੇ। ਇਹਨਾਂ ਦੇ ਨਾਲ ਦੇ ਜਿਹੜੇ ਬਾਕੀ ਆਰੋਪੀ ਸੀ 8 ਦੇ ਕਰੀਬ, ਉਹ ਗ੍ਰਿਫਤਾਰ ਹੋ ਚੁੱਕੇ ਨੇ। ਇਸ ਮਾਮਲੇ ਦੇ ਵਿੱਚ ਤੁਹਾਨੂੰ ਯਾਦ ਕਰਾ ਦਈਏ ਕਿ IAS ਅਫਸਰ ਨੀਲਮਾ ਵੀ ਸ਼ਾਮਿਲ ਹੈ, ਇਹਦੇ ਵਿੱਚ ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਵੀ ਸ਼ਾਮਿਲ ਹੈ, ਉਹ ਵੀ ਪਰਚੇ 'ਚ ਨਾਮ ਉਹਨਾਂ ਦਾ ਦਰਜ ਆ। ਇਹਨਾਂ ਦੇ ਵਿੱਚ ਜਿਹੜੇ ਲੋਕ ਗ੍ਰਿਫਤਾਰ ਹੋਏ ਨੇ ਉਹ ਸਾਰੇ ਤੁਸੀਂ ਨਾਮ ਮੇਰਾ ਖਿਆਲ ਆ ਪਹਿਲਾਂ ਹੀ ਜਾਣਦੇ ਹੋ, ਬਲਕਿ ਤੁਹਾਨੂੰ ਅੱਗੇ ਆਉਂਦੇ ਖਬਰ ਦੇ ਵਿੱਚ ਉਹ ਵੀ ਦੱਸ ਦਿਆਂਗੇ। ਇਹ ਦਰਖਾਸਤਾਂ ਦੇ ਵਿੱਚ ਕਿਹਾ ਗਿਆ ਸੀ ਕਿ ਜੀ ਅਸੀਂ ਬਿਲਕੁਲ ਨਿਰਦੋਸ਼ੀ ਹਾਂ, ਬੇਕਸੂਰ ਹਾਂ, ਕਿਉਂਕਿ ਅਸੀਂ ਜਿਹੜਾ ਇਹ ਪਲਾਟ 25 ਏਕੜ ਦਾ ਖਰੀਦਿਆ ਫਲਿਪਸ ਵਾਲਿਆਂ ਤੋਂ, ਇਹ ਪਲਾਟ NOC ਜਾਰੀ ਹੋਣ ਤੋਂ ਬਾਅਦ ਖਰੀਦਿਆ ਗਿਆ। NOC ਜਾਰੀ ਕੀਤੀ ਸੀ PSIDC ਦੇ MD C. Sibban IAS ਨੇ। ਇਸ ਮਾਮਲੇ 'ਤੇ NOC ਜਾਰੀ ਹੋਈ, ਅਸੀਂ ਖਰੀਦ ਲਿਆ, ਸਾਡਾ ਕੀ ਕਸੂਰ ਆ, ਅਸੀਂ ਬੇਕਸੂਰ ਹਾਂ, ਹੁਣ ਸਾਨੂੰ ਵਿਜੀਲੈਂਸ ਬਿਊਰੋ ਫੜਨ ਨੂੰ ਫਿਰਦੀ ਆ, ਸਾਡਾ ਨਾਮ ਪਰਚੇ 'ਚ ਦੇ ਦਿੱਤਾ, ਜੱਜ ਸਾਹਿਬ ਸਾਨੂੰ ਅਗਾਊਂ ਜ਼ਮਾਨਤ ਦੇ ਦਿਓ। ਇਹ ਫਰਿਆਦ ਕੀਤੀ ਗਈ ਇਹਨਾਂ 3 ਗੁਲਮੋਹਰ ਦੇ ਅਧਿਕਾਰੀਆਂ ਵੱਲੋਂ, ਡਾਇਰੈਕਟਰਸ ਵੱਲੋਂ। ਪਰ ਫਿਰ ਬਾਅਦ 'ਚ ਉਹਨਾਂ ਦੇ ਧਿਆਨ ਵਿੱਚ ਇਹ ਆਇਆ ਕਿ ਸ਼ਾਇਦ ਸਾਡੀ ਦਾਲ ਗਲਣੀ ਨਹੀਂ, ਸਾਨੂੰ ਇਸ ਬਿਨਾ 'ਤੇ ਜ਼ਮਾਨਤ ਅਗਾਊਂ ਮਿਲਣੀ ਨਹੀਂ, ਅਤੇ ਉਹਨਾਂ ਨੇ ਖੁਦ ਬ ਖੁਦ ਇਹ ਜਿਹੜੀਆਂ ਐਪਲੀਕੇਸ਼ਨਾਂ ਸੀ ਉਹ ਵਿਦਡਰੋ ਕਰ ਲਈਆਂ। ਜਦੋਂ ਇਹ ਮਾਮਲਾ ਸਪੈਸ਼ਲ ਕੋਰਟ ਦੇ ਜੱਜ ਪਰਮਿੰਦਰ ਸਿੰਘ ਗਰੇਵਾਲ ਦੇ ਅੱਗੇ ਆਇਆ, ਵਿਜੀਲੈਂਸ ਬਿਊਰੋ ਦਾ IO ਸ਼ਾਮਲ ਸੀ, ਮੌਜੂਦ ਸੀ ਕੋਰਟ ਦੇ ਵਿੱਚ। ਜੱਜ ਸਾਹਿਬ ਨੇ ਵਿਜੀਲੈਂਸ ਬਿਊਰੋ ਦੀ ਖਿਚਾਈ ਕਰਦੇ ਹੋਏ ਪੁੱਛਿਆ ਕਿ ਤੁਸੀਂ ਆਹ ਵਿਅਕਤੀ ਤਾਂ ਗ੍ਰਿਫਤਾਰ ਕਰ ਲਏ, ਪਰ ਤੁਸੀਂ ਜਿਹੜੇ ਬਿੱਗ ਫਿਸ਼ ਆ ਜਿਵੇਂ ਕਿ ਨੀਲਮਾ IAS ਅਤੇ ਸੁਖਦੀਪ ਸਿੰਘ ਸਿੱਧੂ, ਭਾਈ ਸੁਖਦੀਪ ਸਿੰਘ ਸਿੱਧੂ ਜਿਹੜੇ ਕਿ ਕਿਸੇ ਵਕਤ ਅਕਾਲੀ ਸਰਕਾਰ ਵੇਲੇ ਚਹੇਤੇ ਰਹੇ ਆ ਉਹਨਾਂ ਦੇ, ਅਤੇ ਉਸ ਮਾਲਵੇ ਦੇ ਇਲਾਕੇ ਨੂੰ ਹੀ ਬਿਲੋਂਗ ਕਰਦੇ ਆ ਜਿੱਥੋਂ ਦੀ ਕਿ ਬਾਦਲ ਫੈਮਿਲੀ ਆ, ਇਹਨਾਂ ਨੂੰ ਹੁਣ ਤੱਕ ਤੁਸੀਂ ਗ੍ਰਿਫਤਾਰ ਕਿਉਂ ਨਹੀਂ ਕੀਤਾ? ਤੁਸੀਂ ਪੱਖਪਾਤੀ ਰਵੱਈਆ ਅਖਤਿਆਰ ਕਰੀ ਬੈਠੇ ਹੋ। ਵਿਜੀਲੈਂਸ ਬਿਊਰੋ ਦੀ ਖਿਚਾਈ ਕਰਦੇ ਹੋਏ ਜੱਜ ਸਾਹਿਬ ਨੇ IO ਨੂੰ ਕਿਹਾ, IO ਨੇ ਅੱਗੇ ਜਵਾਬ ਦਿੱਤਾ, ਨਹੀਂ ਜਨਾਬ ਅਸੀਂ ਬਿਲਕੁਲ ਠੀਕ ਕਰ ਰਹੇ ਹਾਂ, ਤੇਜ਼ੀ ਨਾਲ ਕੰਮ ਕਰ ਰਹੇ ਹਾਂ, ਬੜੀ ਜਲਦ ਤੁਹਾਨੂੰ ਨਤੀਜੇ ਮਿਲਣਗੇ। ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਜਿਹੜੇ ਲੋਕ ਹਜੇ ਤੱਕ ਸਾਡੀ ਗ੍ਰਿਫਤ ਦੇ ਵਿੱਚ ਨਹੀਂ ਆਏ ਅਸੀਂ ਉਹਨਾਂ ਨੂੰ ਵੀ ਗ੍ਰਿਫਤਾਰ ਕਰਕੇ ਤੁਹਾਡੇ ਅੱਗੇ ਪੇਸ਼ ਕਰ ਸਕੀਏ। ਵਿਜੀਲੈਂਸ ਬਿਊਰੋ ਦੇ ਸੂਤਰਾਂ ਤੋਂ ਜਾਣਕਾਰੀ ਮਿਲੀ ਆ ਕਿ ਅਦਾਲਤ ਵੱਲੋਂ ਕੀਤੀ ਗਈ ਖਿਚਾਈ ਤੋਂ ਬਾਅਦ ਵਿਜੀਲੈਂਸ ਬਿਊਰੋ ਨੇ ਭਾਈ ਸੁਖਦੀਪ ਸਿੰਘ ਸਿੱਧੂ ਦੇ ਪਿੱਤਰੀ ਜ਼ਿਲ੍ਹੇ ਦੇ SSP ਨੂੰ
बेनती की कि इन्हां दी गिरफ्तारी लई साडी इमदाद करो, सानू फड़न विच सहायता करो, साडे कोल भज नस लई नफरी घट आ, जिला पुलिस साडी मदद करे। उन्हां नू ए दरखास्त, ए बयान यानी कि रिक्वेस्ट भेजी गई। हुण भाई सुखदीप सिंह किथे ने लुके हुए, किथे फरार ने, वह जिला पुलिस भी लभण की कोशिश करेगी। इस दौरान थानू दस दईए कि विजिलेंस ब्यूरो ने छापेमारी शुरू की आ गुलमोहर के डायरैक्टर के दफ्तर के विच। इन्हां दे दफ्तर 34 सैक्टर च, एक दफ्तर 90 सैक्टर मोहाली च, उत्थे वड्डे वड्डे ताले लगे हुए आ, उत्थे सिर्फ इन्हां दे चौकीदार बैठे आ। जदों विजिलेंस ब्यूरो जाके पुछदी आ कि थोड़ा दफ्तर कदों खुलूगा ते किन्ने दिन हो गए बंद होए नू, चौकीदार कहिंदे आ जी बहुत देर हो गई बंद होया नू, सानू कोई पता नहीं ये दफ्तर कदों खुलणगे ते इन्हां नू कौन खोलेगा। फिर विजिलेंस ब्यूरो ने पुछया कि थानू तनखाह मिल रही आ, वह कहिंदे जी सानू तनखाह खात्यां दे विच आ जांदी आ। मतलब है कि गुलमोहर कंपनी का जिहड़ा प्रशासन है, जिहड़ा उहदा सिस्टम है, वह हजे भी वधिया काम कर रहा, मुलाजमान नूं तनखाह तो मिल रही आ, पर डायरैक्टर फरार ने अंडरग्राउंड ने कोशिशां कर रहे आ कि साडी जमानत हो जाए, सानू इंटरोगेट ना किया जाए, पर एक कोशिशां सफल होंदियां नज़र नहीं आउंदियां, अगे आउंदियां। विजिलेंस ब्यूरो मुख्यमंत्री वल देख रही है क्योंकि अदालत की खिचाई तो बाद विजिलेंस ब्यूरो ते दबाव बनिया होया कि असी अदालत दे अगे FIR दे विच जिहड़े नाम दर्ज ने आरोपियों दे उन्हां सारयां नूं फड़ के जज साहब दे अगे पेश कर सकीए। पर मुख्यमंत्री दी हदायत बहुत जरूरी आ क्योंकि IAS ऑफिसर्स दी एसोसीएशन है जिहड़ी पंजाब दी, उन्होंने इस मसले ते काफ़ी रौला पाया ते इस मसले नूं कहा कि 17A सैक्शन प्रिवेंशन ऑफ करप्शन एक्ट दी उलंघना की गई आ, विजिलेंस ब्यूरो ने नियम फॉलो नहीं किए। ये सारा रेड़का देखते हुए विजिलेंस ब्यूरो के अधिकारी आस कर रहे हैं कि मुख्यमंत्री वालों कोई डायरेक्शन मिलेगी, कोई राह दिखाएंगे मुख्यमंत्री, उस तो बाद ही नीलमां की गिरफ्तारी बारे कोई कदम चुकया जाएगा। ये भी दस दईए कि हुण तक नीलमां फॉर्मर MD PSIEC ने अपनी जमानत एंटीसपेटरी बेल लैन की कोई कोशिश नहीं की। जे वो एप्लीकेशन ला के जमानत लैन विच कामयाब हो जाती है तो फिर विजिलेंस ब्यूरो उन्हें गिरफ्तार नहीं कर सकेगी। हाजी विजिलेंस ब्यूरो का राह नीलमां की गिरफ्तारी लई खुला, वो कदे भी उन्हें गिरफ्तार कर सकती है, उसके उत्ते कोई कानूनी तौर पर पाबंदी नहीं। तो जज साहब की आज की टिप्पणी तो बाद हो सकता कि एक कार्रवाई भी भगवंत मान की आदेश लैन तो बाद जल्दी कर दी जाए। हुण तुहानू दस दईए कि इस केस के हुण तक कौन कौन गिरफ्तार हो चुके हैं। इस विच SP सिंह एग्जैक्टिव डायरैक्टर, अंकुर चौधरी स्टेट ऑफिसर, दविंदर पाल सिंह जनरल मैनेजर परसोनेल, इस दे विच JS पाटिया चीफ जनरल मैनेजर प्लानिंग, आशिमा अग्रवाल HEM प्लानिंग, परमिंदर सिंह एग्जैक्टिव इंजीनियर, रजत कुमार DA अते संदीप सिंह STE गिरफ्तार हो चुके ने। अगे दस दईए इस दे विच दो व्यक्तियों ने, आरोपियों ने अंकुर ते JS पाटिया ने जमानत लैन की कोशिश की सी। इन्हां दीयां जमानत दरखास्तां हाईकोर्ट वालों रद्द कर दित्तियां गईयां ने, इन्हां नूं हजे अंदर रहना पएगा। तो अगली गल आशिमा, वो भी अंदर आ, बड़ा मसला उठा कि जदों उसकी गिरफ्तारी हुई सी उहदे कोल 3 महीनों की बच्ची सी, तो विजिलेंस ब्यूरो ने उन्हें गिरफ्तार कर लिया सी। दूजे पासे नीलमा, वो भी एक औरत आ, उसनों गिरफ्तार नहीं किया गया। तो ये विजिलेंस ब्यूरो ने ज्यादती की एक औरत दे नाल, उहदे उत्ते रहम दिली नहीं की गई। खैर दोषी दोषी आ, आरोपी आरोपी आ, तो भावें बच्चा छोटा होवे वड्डा होवे की कीता जा सकता है, पर मैं सोचता कुछ नरमाई दिखाउण दी गुंजाइश सी की। एनीवे अगे चलते हैं। ऐसे केस नाल जुड़े हुए PSIDC दे दो अधिकारी
ਉਹ ਵੀ ਹਾਈਕੋਰਟ ਦੇ ਵਿੱਚ ਜ਼ਮਾਨਤ ਲੈਣ ਵਾਸਤੇ ਪਹੁੰਚੇ ਸੀ। ਇਹਨਾਂ ਦੋਨਾਂ ਅਧਿਕਾਰੀਆਂ ਨੇ ਜਦੋਂ ਮਾਮਲਾ ਜੱਜ ਦੇ ਸਾਹਮਣੇ ਆਇਆ ਆਪਣੀਆਂ ਦਰਖਾਸਤਾਂ ਵਾਪਸ ਲੈ ਲਈਆਂ। ਇਹ ਦੋਨੋਂ ਡਰ ਰਹੇ ਨੇ ਕਿ ਸਾਨੂੰ ਗ੍ਰਿਫਤਾਰ ਕਰ ਲਿਆ ਜਾਏਗਾ, ਕਿਉਂਕਿ ਜਿਸ ਤਰੀਕੇ ਨਾਲ NOC ਜਾਰੀ ਕੀਤੀ ਗਈ PSIDC ਵੱਲੋਂ ਉਹਦੇ ਉੱਤੇ ਵੀ ਪ੍ਰਸ਼ਨ ਚਿੰਨ੍ਹ ਉੱਠ ਰਹੇ ਨੇ। ਇਹਨਾਂ ਨੂੰ ਪਹਿਲਾਂ PSIDC ਦੇ ਸਮਣਾਂ ਦੀ ਤਾਮੀਲ ਨਾ ਕਰਨ ਲਈ ਉਦੋਂ ਦੇ MD ਉਸ ਵਕਤ ਹੁਣ ਵੀ ਉਹੀ MD ਨੇ C. ਸਿੱਬਲ ਨੇ ਰੋਕਿਆ ਸੀ। ਇਹਨਾਂ ਨੂੰ 16 ਜਨਵਰੀ ਨੂੰ ਪੇਸ਼ ਹੋਣ ਲਈ ਕਿਹਾ ਗਿਆ ਸੀ, ਇਹ ਪੇਸ਼ ਹੋ ਗਏ ਸੀ। ਉਦੋਂ ਬਾਅਦ ਫਿਰ ਜਦੋਂ ਜਵਾਬ ਤਲਬੀ ਵਗੈਰਾ ਹੋਈ, ਕੁਐਸਚਨਿੰਗ ਹੋਈ, ਇਹਨਾਂ ਨੇ ਜ਼ਮਾਨਤ ਲੈਣ ਦੀ ਕੋਸ਼ਿਸ਼ ਕੀਤੀ। ਜ਼ਮਾਨਤ ਹਾਈਕੋਰਟ ਨੇ ਹਜੇ ਸੁਣਵਾਈ ਕਰਨੀ ਸੀ, ਪਰ ਉਸ ਤੋਂ ਪਹਿਲਾਂ ਹੀ ਇਹਨਾਂ ਨੇ ਆਪਣੀਆਂ ਦਰਖਾਸਤਾਂ ਵਾਪਸ ਲੈ ਲਈਆਂ। ਅੱਗੇ ਆਉਂਦਿਆਂ ਪ੍ਰੋਵੈਂਸ਼ਨ ਆਫ ਕਰਪਸ਼ਨ ਐਕਟ ਸੈਕਸ਼ਨ 17A ਦੇ ਸੰਬੰਧ ਵਿੱਚ ਜਦੋਂ IAS ਆਫਿਸਰਸ ਐਸੋਸੀਏਸ਼ਨ ਨੇ ਰੌਲਾ ਪਾਇਆ ਤਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਚੀਫ ਸੈਕਟਰੀ VK ਜੰਜੂਆ ਨੂੰ ਹਦਾਇਤ ਕੀਤੀ ਕਿ ਉਹ ਇਸ ਮਾਮਲੇ ਨੂੰ ਸਟੱਡੀ ਕਰਕੇ ਮੈਨੂੰ ਰਿਪੋਰਟ ਦੇਣ। ਇਸ ਰਿਪੋਰਟ ਦਾ ਹਜੇ ਕੀ ਹਸ਼ਰ ਹੋਇਆ ਕਿ ਕੀ VK ਜੰਜੂਆ ਨੇ ਇਹ ਰਿਪੋਰਟ ਲਿਖਤੀ ਮੁੱਖ ਮੰਤਰੀ ਨੂੰ ਸਬਮਿਟ ਕੀਤੀ ਜਾਂ ਨਹੀਂ ਕੀਤੀ, ਇਹਦੀ ਪੁਸ਼ਟੀ ਨਹੀਂ ਹੋ ਸਕੀ। ਆਉਣ ਵਾਲੇ ਦਿਨਾਂ 'ਚ ਜਲਦ ਪੁਸ਼ਟੀ ਕਰਕੇ ਤੁਹਾਨੂੰ ਇਤਲਾਕ ਕਰਾਂਗੇ। ਪਰ ਮੈਂ ਇੱਥੇ ਇਹ ਵੀ ਦੱਸਣਾ ਚਾਹੁੰਦਾ ਕਿ ਵਿਜੀਲੈਂਸ ਬਿਊਰੋ ਨੇ ਇਸੇ ਮਾਮਲੇ ਦੇ ਵਿੱਚ ਬੜੀਆਂ ਹਾਈਕੋਰਟ ਦੀਆਂ ਅਤੇ ਸੁਪਰੀਮ ਕੋਰਟ ਦੀਆਂ ਜੱਜਮੈਂਟਸ ਕੱਢ ਕੇ ਚੀਫ ਸੈਕਟਰੀ ਨੂੰ ਭੇਜ ਦਿੱਤੀਆਂ ਨੇ। ਉਹਨਾਂ ਨੂੰ ਦੱਸ ਦਿੱਤਾ ਕਿ ਜਿਹੜੀ ਵੀ ਕਾਰਵਾਈ ਅਸੀਂ ਕੀਤੀ ਹੈ ਕਾਨੂੰਨ ਅਨੁਸਾਰ ਕੀਤੀ ਆ, ਅਸੀਂ ਅਕੋਰਡਿੰਗ ਟੂ ਸੁਪਰੀਮ ਕੋਰਟ ਇੰਟਰਪ੍ਰਟੇਸ਼ਨ ਕੀਤੀ ਆ, ਅਸੀਂ ਕੋਈ ਕੁਤਾਹੀ ਆਪਣੇ ਫਰਜ਼ ਦੇ ਵਿੱਚ ਨਹੀਂ ਕੀਤੀ, ਅਸੀਂ ਜੋ ਮਾਮਲਾ ਦਰਜ ਕੀਤਾ ਉਹ ਬਿਲਕੁਲ ਜਾਇਜ਼ ਆ, ਸਾਡੇ ਕੋਲ ਸਬੂਤ ਆ, ਸਾਡੇ ਕੋਲ ਆਧਾਰ ਆ। ਇਹ ਸਾਰੀਆਂ ਚੀਜ਼ਾਂ ਵਿਜੀਲੈਂਸ ਬਿਊਰੋ ਨੇ ਇਕੱਠੀਆਂ ਕਰਕੇ ਚੀਫ ਸੈਕਟਰੀ ਨੂੰ ਆਗਾਹ ਕਰਾ ਦਿੱਤਾ। ਅਤੇ ਹੁਣ ਅਗਲੀ ਗੱਲ ਆਉਂਦੀ ਆ ਕਿ ਜੋ ਹਰ ਬੰਦਾ ਪੁੱਛ ਰਿਹਾ, ਜੋ ਵੱਡੇ ਲੀਡਰ ਪੁੱਛ ਰਹੇ ਨੇ ਕਿ ਨੀਲਮ IAS ਆਫਿਸਰ ਨੂੰ ਬਖਸ਼ਿਆ ਕਿਉਂ ਜਾ ਰਿਹਾ, ਜੇ ਉਹ ਦੋਸ਼ੀ ਹੈ ਉਹਦੀ ਗ੍ਰਿਫਤਾਰੀ ਕਿਉਂ ਨਹੀਂ ਹੋ ਰਹੀ, ਇਸੇ ਤਰ੍ਹਾਂ ਪੁੱਛਿਆ ਜਾ ਰਿਹਾ। ਜੇ MLA ਅਮਿਤ ਰਤਨ ਦੋਸ਼ੀ ਆ ਜਾਂ ਉਹਦੇ PA 'ਤੇ ਇਲਜ਼ਾਮ ਲੱਗ ਰਹੇ ਆ, ਉਹਨੂੰ ਗ੍ਰਿਫਤਾਰ ਕਿਉਂ ਨਹੀਂ ਕੀਤਾ ਜਾ ਰਿਹਾ, ਉਹ ਵੀ ਕੌਨਸਪਰੇਸੀ ਦੇ ਵਿੱਚ ਸੈਕਸ਼ਨ 120B ਤਹਿਤ ਗ੍ਰਿਫਤਾਰ ਹੋ ਸਕਦਾ। ਇਹ ਸਾਰੇ ਮਾਮਲੇ ਉੱਠ ਰਹੇ ਨੇ। ਪੱਖਪਾਤੀ ਜਿਹੜਾ ਰਵੱਈਆ ਕੁਛ ਜਿਹੜਾ ਨਜ਼ਰ ਆ ਰਿਹਾ ਉਹ ਵਿਜੀਲੈਂਸ ਬਿਊਰੋ ਨੂੰ ਦੂਰ ਕਰਨਾ ਪਏਗਾ। ਇਸ ਗੱਲ ਨਾਲ ਮੈਂ ਅੱਜ ਦਾ ਏਜੰਡਾ ਐਪੀਸੋਡ ਖਤਮ ਕਰਦਾ। ਤੁਹਾਡੇ ਸਭ ਤੋਂ ਲੈਂਦਾ ਇਜਾਜ਼ਤ, ਸਤਿ ਸ਼੍ਰੀ ਅਕਾਲ, ਨਮਸਕਾਰ।